ਨਮਸਕਾਰ ਪੰਡਿਤ ਨਰੇਸ਼ਨਾਥ ਸਾਧਨਾ ਪਥ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅਕਸਰਾ ਸਾਧਨਾ ਦਿਵਯਾਂਗਨਾ ਅਕਸਰਾ ਨਾਲੇ ਛਾਪੂਰੀ ਜੈ ਗੁਰਦੇਵ ਸਾਡੇ ਚੈਨਲ ਸਾਧਨਾ ਪਥ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਇੱਕ ਵਿਸ਼ੇਸ਼ ਅਕਸਰਾ ਸਾਧਨਾ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਸ ਨੂੰ ਤੁਸੀਂ ਘਰ ਵਿੱਚ ਹੀ ਕਰ ਸਕਦੇ ਹੋ ਇਹ ਸਾਧਨਾ ਦਿਵਯਾਂਗਨਾ ਅਕਸਰਾ ਨਾਲ ਸੰਬੰਧਿਤ ਹੈ ਤੇ ਬਹੁਤ ਹੀ ਸੌਖੀ ਹੈ ਇਹ ਵੀਡੀਓ ਦਿਵਯੰਗਨਾ ਅpsra ਉਤੇ ਪਹਿਲਾ ਵੀਡੀਓ ਹੈ ਜਿਸ ਵਿੱਚ ਅਸੀਂ ਇਸ ਅpsra ਬਾਰੇ ਅਤੇ ਇਸ ਦੇ ਗੋਪਨੀਯ ਮੰਤਰ ਬਾਰੇ ਦੱਸਾਂਗੇ ਨਾਲ ਹੀ ਇਸ ਅpsra ਦੀਆਂ ਖਾਸੀਅਤਾਂ ਦਾ ਵਰਣਨ ਵੀ ਕਰਾਂਗੇ ਦਿਵਯੰਗਨਾ ਅpsra ਦਾ ਮਹੱਤਵ ਦਿਵਯੰਗਨਾ ਅpsra ਸਾਧਨਾ ਉਹਨਾਂ ਸਾਰੇ ਸਾਧਕਾਂ ਲਈ ਹੈ ਜੋ ਵਕ ਵਕ ਸਮੱਸਿਆਵਾਂ ਤੋਂ ਗੁਜ਼ਰ ਰਹੇ ਹਨ ਅੱਜ ਦੇ ਸਮੇਂ ਵਿੱਚ ਕਈ ਲੋਕ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਪਰ ਅpsra ਸਾਧਨਾ ਕੋਈ ਵੀ ਸਾਧਕ ਜਾਂ ਸਾਧਿਕਾ ਸਿੱਧ ਕਰ ਸਕਦਾ ਹੈ ਅਕਸ਼ਰਾ ਤੁਹਾਡੇ ਮੰਦੀਆਂ ਇਛਾਵਾਂ ਨੂੰ ਪੂਰਾ ਕਰਦੀ ਹੈ ਚਾਹੇ ਉਹ ਨੌਕਰੀ ਪਾਉਣ ਦੀ ਹੋਵੇ ਪੜਾਈ ਵਿੱਚ ਸਫਲਤਾ ਦੀ ਹੋਵੇ ਜਾਂ ਕਿਸੇ ਹੋਰ ਸਮੱਸਿਆ ਤੋਂ ਮੁਕਤੀ ਦੀ ਮੰਤਰ ਜਪਦਾ ਮਹੱਤਵ ਮੰਤਰ ਜਪਦਾ ਅਦਭੁਤ ਅਸਰ ਹੁੰਦਾ ਹੈ ਭਾਵੇਂ ਤੁਸੀਂ ਅਕਸ਼ਰਾ ਨੂੰ ਸਿੱਧ ਨਾ ਵੀ ਕਰ ਸਕੋ ਪਰ ਮੰਤਰ ਜਪ ਨਾਲ ਤੁਹਾਡੀਆਂ ਇਛਾਵਾਂ ਪੂਰੀਆਂ ਹੋ ਸਕਦੀਆਂ ਹਨ ਦਿਵਯਾਂਗਨਾ ਅਕਸ਼ਰਾ ਸਾਧਨਾ ਸਭ ਤੋਂ ਸੌਖੀ ਹੈ ਤੇ ਜਲਦੀ ਸਿੱਧ ਹੋ ਜਾਂਦੀ ਹੈ ਏ ਅਪਸਰਾ ਦੇਖਣ ਵਿੱਚ ਬਹੁਤ ਹੀ ਸੋਹਣੀ ਹੁੰਦੀ ਹੈ ਤੇ ਇਸ ਦੇ ਕੋਲ ਬਹੁਤ ਸਾਰੀਆਂ ਸ਼ਕਤੀਆਂ ਹੁੰਦੀਆਂ ਹਨ ਜੋ ਸਾਧਕ ਨੂੰ ਪ੍ਰਦਾਨ ਕਰਦੀ ਹੈ। ਸਾਧਨਾ ਵਿਧੀ ਸਾਧਨਾ ਸ਼ੁਰੂਆਤ ਸਾਧਨਾ ਸ਼ੁੱਕਰਵਾਰ ਦੀ ਰਾਤ ਨੂੰ ਸ਼ੁਰੂ ਕਰਨੀ ਹੈ। ਸਾਫ ਕੱਪੜੇ ਪਹਿਨ ਕੇ ਉਤਰੀ ਦਿਸ਼ਾ ਵੱਲ ਮੁਖ ਕਰਕੇ ਗੁਰੂ ਪੂਜਨ ਅਤੇ ਇਸਰ ਦੇਵ ਨੂੰ ਯਾਦ ਕਰੋ। ਸੰਕਲਪ ਲਵੋ ਕਿ ਤੁਸੀਂ ਦਿਵਿਆੰਗਨਾ ਅਪਸਰਦੀ ਸਾਧਨਾ ਕਰ ਰਹੇ ਹੋ ਅਤੇ ਉਹਨਾਂ ਨੂੰ ਮਿੱਤਰ ਰੂਪ ਵਿੱਚ ਸਿਧ ਕਰਨਾ ਚਾਹੁੰਦੇ ਹੋ। संकल्प बोल के जल जमीन ते ਛੱਡ ਦਿਓ ਸਾਧਨਾ ਸਮਗਰੀ ਦਿਵਯਾਂਗਨਾ ਅpsradi ਮਾਲਾ ਅਤੇ ਯੰਤਰ ਦੀ ਵਰਤੋਂ ਕਰੋ ਯੰਤਰ ਨੂੰ ਕਮਲ ਜਾਂ ਗੁਲਾਬ ਦੇ ਪੁਸ਼ਪ ਤੇ ਰੱਖੋ ਅਤੇ ਪੂਜਾ ਕਰੋ ਸੁਗੰਧਿਤ ਇਤਰ ਦਾ ਉਪਯੋਗ ਕਰੋ ਅਤੇ ਮੰਤਰ ਜਪ ਸ਼ੁਰੂ ਕਰੋ ਮੰਤਰ ॐ ह्रीं दिवਯਾਂਗਨਾ वश माना हरि फट् ਇਸ ਮੰਤਰ ਦਾ 51 ਮਾਲਾ ਜਪ ਕਰੋ ਜਪ ਪੂਰਾ ਹੋਣ ਤੇ ਉੱਥੇ ਹੀ ਸੌ ਜਾਓ ਅਕਸਰ ਸੁਪਨੇ ਵਿੱਚ ਜਾਂ ਸਾਖਸ਼ਾਤ ਪ੍ਰਗਟ ਹੋਵੇਗੀ ਅਤੇ ਤੁਹਾਡੇ ਨਾਲ ਮਿੱਤਰਤਾ ਦਾ ਵਚਨ ਲਵੇਗੀ। ਅਕਸਰਾ ਨਾਲ ਵਿਵਹਾਰ ਅਕਸਰਾ ਨੂੰ ਮਿੱਤਰ ਰੂਪ ਵਿੱਚ ਹੀ ਦੇਖਣਾ ਚਾਹੀਦਾ ਹੈ। ਅਕਸਰਾ ਸਾਧਨਾ ਨਾਲ ਤੁਹਾਡੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਆਉਂਦੇ ਹਨ। ਅਕਸਰਾ ਸਾਧਨਾ ਗੁਪਤ ਰੱਖਣੀ ਚਾਹੀਦੀ ਹੈ ਅਤੇ ਕਿਸੇ ਨੂੰ ਇਸ ਬਾਰੇ ਨਹੀਂ ਦੱਸਣਾ ਚਾਹੀਦਾ। ਸਾਧਨਾ ਦੇ ਫਾਇਦੇ। ਦਿਵਯੰਗਨਾ ਅਕਸਰਾ ਸਾਧਨਾ ਨਾਲ ਸਾਧਕ ਦੇ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ। ਅਪਸਰਾ ਸਾਧਨਾ ਨਾਲ ਮਨੁੱਖ ਵਿੱਚ ਚੁੰਮਕੀ ਸ਼ਕਤੀ ਅਤੇ ਆਤਮ ਵਿਸ਼ਵਾਸ ਵਧਦਾ ਹੈ ਇਹ ਸਾਧਨਾ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਪਹੁੰਚਾਉਂਦੀ ਸਾਧਨਾ ਨਾਲ ਤੁਹਾਡੇ ਮਨ ਦੀਆਂ ਇਛਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਜੀਵਨ ਵਿੱਚ ਸੁੱਖ ਸਮਰiddhi ਆਉਂਦੀ ਹੈ ਮਹਤਵਪੂਰਨ ਗੱਲਾਂ ਸਾਧਨਾ ਗੁਪਤ ਰੱਖਣੀ ਚਾਹੀਦੀ ਹੈ ਅਪਸਰਾ ਨੂੰ ਮਿੱਤਰ ਰੂਪ ਵਿੱਚ ਹੀ ਦੇਖਣਾ ਚਾਹੀਦਾ ਹੈ ਮੰਤਰ ਜਪ ਦੌਰਾਨ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ साधना सामग्री ਦਾ ਸਹੀ ਉਪਯੋਗ ਅਤੇ ਪੂਜਾ ਕਰਨੀ ਚਾਹੀਦੀ ਹੈ ਬਿਨਾ ਗੁਰੂ ਜਾਂ ਕਿਸੇ ਯੋਗ ਮਾਰਗਦਰਸ਼ਕ ਦੇ ਸਾਧਨਾ ਨਾ ਕਰੋ ਨੁਕਸਾਨ ਜਾਂ ਲਾਭ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇਗੀ ਨਿਸ਼ਕਰਸ਼ ਅਪਸਰਾ ਸਾਧਨਾ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਸਮਰiddhi ਲਿਆਉਂਦੀ ਹੈ ਦਿਵਯਾਂਗਨਾ ਅਪਸਰਾ ਸਾਧਨਾ ਸੌਖੀ ਅਤੇ ਸ਼ੀਕਿਰ ਸਿੱਧ ਹੋ ਜਾਣ ਵਾਲੀ ਸਾਧਨਾ ਹੈ ਇਸ ਨੂੰ ਸਹੀ ਵਿਧੀ ਅਤੇ ਸੰਕਲਪ ਦੇ ਨਾਲ ਕਰੋ ਅਤੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰੋ ਧਰਮ ਅਦਿਆਤਮ ਤੰਤਰ ਮੰਤਰ ਯੰਤਰ ਜੋਤਿਸ਼ ਵਾਸਤੂ ਸ਼ਾਸਤਰ ਸਾਧਨਾ ਮਾਰਗ ਵਿੱਚ ਤੁਹਾਡੀ ਦਿਲਚਸਪੀ ਹੈ ਤਾਂ ਤੁਸੀਂ ਬਿਲਕੁਲ ਸਹੀ ਚੈਨਲ ਤੇ ਹੋ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਅਤੇ ਆਪਣੇ ਜਾਣਕਾਰਾਂ ਨੂੰ ਇਸ ਬਾਰੇ ਦੱਸੋ ਜੇਕਰ ਵੀਡੀਓ ਵਧੀਆ ਲੰਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀਵਨ ਵਿੱਚ ਆਉਂਦੀਆਂ ਸਮੱਸਿਆਵਾਂ ਦੇ ਹੱਲ ਲਈ ਸਿਰਫ WhatsApp ਤੇ ਸੁਨੇਹਾ ਭੇਜੋ ਮਾਤਾ ਰਾਣੀ ਦੀ ਕਿਰਪਾ ਤੁਹਾਡੇ ਸਾਰੇ ਤੇ ਬਣੀ ਰਹੇ ਧੰਨਵਾਦ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਹਰ ਹਰ ਮਹਾਦੇਵ ਲਿਖੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ